ਗੁਰਦਿਆਲ ਸਿੰਘ ਗੁਰਦਿਆਲ ਜੀ ਕੀ ਕਹਿਣਾ ਚਾਹੁੰਦੇ ਜੀ ਵੱਖਰੇ ਤਰੀਕੇ ਨਾਲ ਟਰੈਕਟਰ ਸਜਾਏ ਗਏ ਨੇ ਹਾਂਜੀ ਅਸੀਂ ਆਪਣੇ ਹੱਕ ਮੰਗਦੇ ਹਾਂ ਜਿਹੜੇ ਕਾਲੇ ਕਾਨੂੰਨ ਸਾਡੇ ਪਾਸ ਕੀਤੇ ਨਾ ਜੀ ਸਾਡੀ ਜਾਇਦਾਦ ਸਾਡੇ ਕੋਲ ਲੜਾਈ ਝਗੜਾ ਨਹੀਂ ਅਸੀਂ ਜਿੰਨਾ ਚਿਰ ਸਾਡਾ ਫੈਸਲਾ ਨਾ ਹੋਇਆ ਉਨਾ ਚਿਰ ਅਸੀਂ ਨਹੀਂ ਮੁੜਾਂਗੇ ਸਾਹ ਲਾ ਕੇ ਦੋ ਸਾਲ ਅਸੀਂ ਆਪਣੀ ਜਾਇਦਾਦ ਮੰਗਦੇ ਜੀ ਵਾਪਸ ਨਜਾਇਜ਼ ਸਾਡਾ ਕੋਈ ਭਰਾ ਜਾਇਦਾਦ ਲਾ ਲੈਣਾ ਅਸੀਂ ਉਹ ਨਹੀਂ ਮੰਨਦੇ ਗੌਰਮੈਂਟ ਨੇ ਸਾਡਾ ਨਜਾਇਜ਼ ਹੀ ਜਾਇਦਾਦ ਜਿਹੜੀ ਉਹ ਆਪਦੀ ਕਬਜ਼ੇ ਕਰ ਲਈ ਨਹੀਂ ਹੈ ਗਲਤ ਲੱਗਦਾ ਕਿ ਕੋਈ ਸਿੱਟਾ ਨਿਕਲੇਗਾ ਨਿਕਲੇਗਾ ਜੀ ਨਿਕਲੇ ਲੈ ਕੇ ਮਰਾਂਗੇ ਸਾਡੀ ਜਾਇਦਾਦ ਦਾ ਜੀ ਕੇ ਕਰਨਾ ਅਸੀਂ ਸਾਡੀ ਜਾਇਦਾਦ ਵਾਪਸ ਕਰੂੰ ਅਤੇ ਜੈਸਾ ਨਾ ਕਰੂੰ ਜੋ ਕੋਈ ਮਰਜ਼ੀ ਹੋ ਜਾਵੇ ਮਰਨ ਨੂੰ ਤਿਆਰ ਹਾਂ ਜੀ ਕੋਈ ਪਰਵਾਹ ਨਹੀਂ ਜ਼ਿਆਦਾ ਕਰਨੀ ਅਸੀਂ ਟੈਟਰ ਕਰਨੇ ਦਿੱਲੀ ਦੀ ਤਿਆਰੀ ਤੁਹਾਡੀ ਪੂਰੀ ਜੀ ਪੂਰੀ ਇੱਕ ਰਾਂ ਨਹੀਂ ਚਾਰ ਰਾਂ ਹੋ ਗਈ ਜੀ ਚੌਥੀ ਨਾਲ ਚੱਲੇ ਹਾਂ ਦਿੱਲੀ ਉੱਥੇ ਹਾਂ ਬਿਲਕੁਲ ਚੌਥੀ ਫਿਰ ਸਰਦਾਰ ਪਰਮਜੀਤ ਸਿੰਘ ਜੀ ਕੀ ਕਹਿਣਾ ਚਾਹੁੰਦੇ ਜੀ ਅੱਜ ਟੋਲੀ ਲੰਗਰ ਸਜਾਏ ਗਏ ਨੇ ਟਰੈਕਟਰ ਬਿਲਕੁਲ ਜੀ ਇਹ 26 ਜਨਵਰੀ ਵਾਸਤੇ ਪਰੇਡ ਵਾਸਤੇ ਅਸੀਂ ਤਿਆਰੀ ਕਰ ਰਹੇ ਹਾਂ ਜਿੱਦਾਂ ਸਰਕਾਰ ਆਪਣੀ ਤਿਆਰੀ ਕਰ ਰਹੀ ਹੈ ਔਰ ਕਿਸਾਨ ਆਪਣੀ ਤਿਆਰੀ ਕਰ ਰਿਹਾ ਹੈ ਕਿਉਂਕਿ ਸਾਡਾ ਸਰਕਾਰ ਦੇ ਨਾਲ ਇੱਕ ਹੀ ਮਸਜਿਦ ਨੂੰ ਲੈ ਕੇ ਅਸੀਂ ਚੱਲੇ ਹਾਂ ਕਿ ਅਸੀਂ ਆਪਣਾ ਜੋ ਕਿ ਟਰੈਕਟਰ ਰੈਲੀ ਕਰਨੀ ਹੈ ਔਰ ਸਾਡਾ ਸਰਕਾਰ ਨੂੰ ਡਿਸਟਰਬ ਕਰਨ ਦਾ ਕੋਈ ਵੀ ਇਰਾਦਾ ਨਹੀਂ ਹੈ ਕਿਉਂਕਿ ਸਰਕਾਰ ਚਾਹੇ ਸਾਨੂੰ ਜਿਤਨਾ ਮਰਜ਼ੀ ਦੁਖੀ ਕਰ ਰਹੀ ਹੈ ਪਰ ਸਰਕਾਰ ਨੂੰ ਦੁੱਖ ਦੇਣ ਦਾ ਸਾਡਾ ਕੋਈ ਮਕਸਦ ਨਹੀਂ ਹੈ ਅਸੀਂ ਬੜੇ ਸ਼ਾਂਤੀ ਨਾਲ ਉੱਥੇ ਆਪਣਾ ਟਰੈਕਟਰ ਮਾਰਚ ਕਰਾਂਗੇ ਕਿਉਂਕਿ ਸਾਡੇ ਜਿਹੜੇ ਬੱਚੇ ਆ ਉਹ ਬਾਰਡਰਾਂ 'ਤੇ ਬੈਠੇ ਆ ਔਰ ਕਿਸਾਨਾਂ ਨੂੰ ਸੜਕਾਂ 'ਤੇ ਬਿਠਾ ਦਿੱਤਾ ਸਰਕਾਰ ਨੇ ਸਾਡੇ ਬੱਚੇ ਵੇਖੋ ਇਹ ਮੇਰਾ ਬੇਟਾ ਹੀ ਆ ਇਹ ਏਅਰਫੋਰਸ ਦੇ ਵਿੱਚੋਂ ਛੁੱਟੀ ਲੈ ਕੇ ਕਿਸਾਨ ਧਰਨੇ ਨੂੰ ਹਮਾਇਤ ਕਰਨ ਵਾਸਤੇ ਪਹੁੰਚਿਆ ਹੈ ਨਸ਼ੇੜੀ ਕਿਹਾ ਜਾਂਦਾ ਸੀ ਕਹਿੰਦੇ 70% ਪੰਜਾਬ 'ਚ ਨਸ਼ੇੜੀ ਨੇ ਪਰ ਅੱਜ ਉਹਨਾਂ ਨੇ ਦੱਸ ਦਿੱਤਾ ਕਿ ਅਸੀਂ ਨਸ਼ੇੜੀ ਨਹੀਂ ਹਾਂ ਇਹ ਜੀ ਕੁਝ ਮੀਡੀਆ ਨੇ ਅਤੇ ਕੁਝ ਜਿਹੜਾ ਨੈਸ਼ਨਲ ਮੀਡੀਆ ਸੀ ਔਰ ਕੁਝ ਸਰਕਾਰ ਦੀਆਂ ਨਲਾਇਕੀਆਂ ਨੇ ਪੰਜਾਬ ਨੂੰ ਇਤਨਾ ਕੁ ਬਦਨਾਮ ਕਰਤਾ ਸੀ ਕਿ ਸਾਰੇ ਇਸ ਦਾ ਅਕਸ ਬਹੁਤ ਖਰਾਬ ਕਰਤਾ ਸੀ ਲੇਕਿਨ ਹੁਣ ਆਲ ਵਰਲਡ ਦੇ ਵਿੱਚ ਇਕੱਲਾ ਹਿੰਦੁਸਤਾਨ ਦੀ ਗੱਲ ਨਹੀਂ ਰਹਿ ਗਈ ਆਲ ਵਰਲਡ ਦੇ ਵਿੱਚ ਸਿੱਖਾਂ ਦਾ ਪਤਾ ਲੱਗ ਗਿਆ ਹੈ ਕਿ ਸਿੱਖ ਕਿਸ ਕਿਹੋ ਜਿਹੀ ਕੌਮ ਹੈ ਕਿਉਂਕਿ ਸਰਕਾਰਾਂ ਨੇ ਹਮੇਸ਼ਾ ਹੀ ਸਿੱਖਾਂ ਨੂੰ ਜਰਾਇਮ ਪੇਸ਼ਾ ਦੱਸਿਆ ਹੈ ਔਰ ਸਿੱਖ ਹਮੇਸ਼ਾ ਹੀ ਸੇਵਾ ਭਾਵਨਾ ਨਾਲ ਰਹਿਣ ਵਾਲੇ ਆ ਔਰ ਦੇਸ਼ ਦੇ ਵਿੱਚ ਸ਼ਾਂਤੀ ਰੱਖਣ ਵਾਲੇ ਔਰ ਦੇਸ਼ ਦਾ ਢਿੱਡ ਭਰਨ ਵਾਲੇ ਕਿਸਾਨ ਹਨ ਸਾਡੇ ਵਿਸ਼ਿਸ਼ਟ ਜੀ ਮੇਰਾ ਨਾਮ ਕੀ ਕਹਿਣਾ ਚਾਹੁੰਦੇ ਜੀ ਅੱਜ ਵੱਖਰੇ ਤਰੀਕੇ ਨਾਲ ਟਰੈਕਟਰ ਸਜਾਏ ਗਏ ਨੇ ਕੀ ਤਿਆਰੀਆਂ ਕਾਹਦੀਆਂ ਨੇ ਦੇਖੋ ਜੀ ਇਹ ਜਿਹੜੇ ਆਪਾਂ ਵੱਖਰੇ ਇੱਕ ਤਰੀਕੇ ਨਾਲ ਢੰਗ ਦੇ ਨਾਲ ਉਪਰਾਲੇ ਦੇ ਨਾਲ ਇੱਕ ਕੰਮ ਕਰ ਰਹੇ ਹਾਂ ਇਹ 26 ਜਨਵਰੀ ਦੀ ਟਰੈਕਟਰ ਰੈਲੀ ਦੀ ਤਿਆਰੀਆਂ ਕੀਤੀਆਂ ਗਈਆਂ ਪੰਜਾਬ ਦੇ ਵੱਖੋ ਵੱਖ ਇਲਾਕਿਆਂ 'ਚ ਇਸੇ ਤਰ੍ਹਾਂ ਲੱਖਾਂ ਦੀ ਗਿਣਤੀ ਦੇ ਵਿੱਚ ਟਰੈਕਟਰ ਦਿੱਲੀ ਬਾਰਡਰਾਂ 'ਤੇ ਜਾਣਗੇ 26 ਤਰੀਕ ਨੂੰ ਲੈ ਕੇ ਅੱਜ ਆਪਾਂ ਜੀ ਇੱਕ ਟਰੈਕਟਰ ਰੈਲੀ ਦੀ ਆਪਾਂ ਇੱਕ ਰਿਹਰਸਲ ਕੀਤੀ ਆ ਜਿਹਦੇ ਵਿੱਚ ਸਾਡੇ ਵੱਲੋਂ 10 ਕੁ ਟਰੈਕਟਰ ਇਸੇ ਤਰ੍ਹਾਂ ਲਾਈਟਾਂ ਦੇ ਨਾਲ ਸਜਾਏ ਗਏ ਆ ਉਸ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਜਿਹੜੇ ਦਿੱਲੀ ਬਾਰਡਰ ਵਾਸਤੇ ਆਪਾਂ ਤਿਆਰ ਕਰ ਰਹੇ ਹਾਂ ਅਸੀਂ ਜੀ ਕੇਂਦਰ ਦੀ ਸਰਕਾਰ ਨੂੰ ਮੋਦੀ ਨੂੰ ਇੱਕ ਗੱਲ ਕਹਿਣਾ ਚਾਹੁੰਦੇ ਹਾਂ ਕਿ ਕੇਂਦਰ ਦੀ ਸਰਕਾਰ ਨੇ ਜਿਹੜੇ 3 ਕਾਲੇ ਕਾਨੂੰਨ ਪਾਸ ਕੀਤੇ ਨੇ ਉਹਨਾਂ ਨੂੰ ਰੱਦ ਕਰੇ ਔਰ NSP ਦੀ ਜਿਹੜੀ ਗਰੰਟੀ ਕਿਸਾਨ ਮੰਗ ਰਹੇ ਨੇ ਇਹ ਬੜੀਆਂ ਜਾਇਜ਼ ਮੰਗਾਂ ਨੇ ਕਿਸਾਨਾਂ ਦੀਆਂ ਔਰ ਉਲਟਾ ਕਿਸਾਨਾਂ ਦੀ ਮੰਗਾਂ ਮੰਨਣ ਦੀ ਬਜਾਏ ਕੇਂਦਰ ਦੇ ਮੰਤਰੀ ਅਤੇ ਨੈਸ਼ਨਲ ਮੀਡੀਆ ਜਿਸ ਤਰ੍ਹਾਂ ਕਿਸਾਨਾਂ ਨੂੰ ਅੱਤਵਾਦੀ ਮਾਓਵਾਦੀ ਪੇਸ਼ ਕਰ ਰਿਹਾ ਪੂਰੀ ਦੁਨੀਆ ਦੇ ਸਾਹਮਣੇ 26 ਤਰੀਕ ਨੂੰ ਜਦੋਂ ਟਰੈਕਟਰ ਦੀ ਰੈਲੀ ਕੀਤੀ ਜਾਏਗੀ ਪੂਰੀ ਦੁਨੀਆ ਨੂੰ ਪਤਾ ਚੱਲ ਜਾਏਗਾ ਕਿ ਕਿਸਾਨ ਮਾਓਵਾਦੀ ਹੈ ਅੱਤਵਾਦੀ ਹੈ ਕਿ ਕਿਸਾਨ ਦੇਸ਼ ਦੇ ਹਿੱਤ ਵਾਸਤੇ ਕੰਮ ਕਰ ਰਿਹਾ ਜਿਹੜੀ ਕਿਸਾਨ ਟਰੈਕਟਰ ਰੈਲੀ ਕਰਨਾ ਚਾਹੁੰਦੇ ਆ ਦੇਸ਼ ਦੇ ਹਿੱਤ ਵਾਸਤੇ ਦੇਸ਼ ਦੀ ਸ਼ਾਨ ਵਾਸਤੇ ਕਰ ਰਹੇ ਆ ਨਾ ਕਿ ਇਹ ਦੇਸ਼ 'ਚ ਕੋਈ ਖਲਲ ਪਾਉਣਾ ਚਾਹੁੰਦੇ ਆ ਜਿਸ ਤਰ੍ਹਾਂ ਕਿ ਨੈਸ਼ਨਲ ਮੀਡੀਆ 'ਤੇ ਦੱਸਿਆ ਜਾ ਰਿਹਾ ਕਿ ਗਣਤੰਤਰ ਦਿਵਸ ਦਾ ਵਿਰੋਧ ਕੀਤਾ ਜਾਏਗਾ ਕੋਈ ਕਹਿ ਰਿਹਾ ਕਿ 26 ਤਰੀਕ ਨੂੰ ਕਿਸਾਨਾਂ ਨੇ ਦਿੱਲੀ 'ਤੇ ਕਬਜ਼ਾ ਕਰ ਲੈਣਾ ਖਾਲਿਸਤਾਨ ਦਾ ਝੰਡੇ ਫਹਿਰਾ ਦੇਣੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਅਸੀਂ ਬੜੇ ਸਪਸ਼ਟ ਤੌਰ 'ਤੇ ਦੱਸਣਾ ਚਾਹੁੰਦੇ ਹਾਂ ਕਿ ਸ਼ਾਂਤੀਪੂਰਵਕ ਢੰਗ ਦੇ ਨਾਲ 26 ਤਰੀਕ ਨੂੰ ਦਿੱਲੀ 'ਚ ਰੈਲੀ ਕੀਤੀ ਜਾਏਗੀ ਸਰਕਾਰ ਨੂੰ ਆਪਣਾ ਇੱਕ ਵਿਰੋਧ ਜਤਾਉਣਾ ਚਾਹੁੰਦੇ ਹਾਂ ਕਿ ਦਿੱਲੀ ਦੀ ਕੇਂਦਰ ਦੀ ਸਰਕਾਰ ਜਲਦੀ ਤੋਂ ਜਲਦੀ ਕਾਲੇ ਕਾਨੂੰਨ ਜਿਹੜੇ ਰੱਦ ਕਰੇ ਨਹੀਂ ਤਾਂ ਕਿਸਾਨਾਂ ਦਾ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ